ਹੈਲੋ ਜੀ, ਸਲਾਮ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਦੀ। ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਮਾਫ਼ੀ ਕਿ ਇੰਨੇ ਦਿਨ ਹੋ ਗਏ ਮੈਂ ਕੋਈ ਵੀਡੀਓ ਬਣਾ ਕੇ ਅਪਲੋਡ ਨਹੀਂ ਕੀਤੀ। ਕੁਛ ਸਕੈਜੂਲ ਮੇਰਾ ਬਿਜ਼ੀ ਸੀਗਾ ਅਤੇ ਕੁਛ ਸਿਹਤ ਨਹੀਂ ਸੀ ਠੀਕ, ਉਹਦੇ ਕਰਕੇ ਥੋੜ੍ਹਾ ਗੈਪ ਪੈ ਗਿਆ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਆ ਉਹ ਆਪਣੇ ਸਾਰਿਆਂ ਦੇ ਵਾਸਤੇ ਬੜੀ ਜ਼ਰੂਰੀ ਆ, ਖਾਸ ਕਰ ਉਹਨਾਂ ਵਾਸਤੇ ਜਿਹੜੇ ਸਾਈਂ ਜੀ ਦੇ ਸੱਚੇ ਮੁਰੀਦ ਨੇ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖ ਰਿਹਾ ਆ, ਮੈਂ ਬੜੇ ਲੋਕ ਦੇਖੇ ਨੇ ਜਿਹੜੇ ਨਕੋਦਰ ਦਰਬਾਰ ਜਾਂਦੇ ਨੇ, ਪਰ 100 ਦੇ ਵਿੱਚੋਂ ਅੱਧਿਆਂ ਤੋਂ ਵੀ ਜ਼ਿਆਦਾ ਲੋਕ ਉਹ ਜਾਂਦੇ ਨੇ ਜਿਨ੍ਹਾਂ ਨੂੰ ਸਾਈਂ ਜੀ ਦੇ ਨਾਲ ਪਿਆਰ ਨਹੀਂ ਹੈਗਾ, ਜਿਹੜੇ ਸਾਈਂ ਜੀ ਨੂੰ ਮਿਲਣ ਨਹੀਂ ਜਾਂਦੇ, ਜਿਹੜੇ ਸਾਈਂ ਜੀ ਦੇ ਦਰਸ਼ਨ ਕਰਨ ਨਹੀਂ ਜਾਂਦੇ। ਉਹ ਸਿਰਫ ਇਸ ਕਰਕੇ ਜਾਂਦੇ ਨੇ ਕਿ ਹਾਂ, ਉਹ ਦੇਵ ਹੀਰ ਜਾਂਦਾ ਨਕੋਦਰ, ਉਹਦਾ ਕੰਮ ਉੱਥੋਂ ਬਣਿਆ ਤਾਂ ਅਸੀਂ ਜਾਂਦੇ ਹਾਂ। ਉਹ ਸਿਰਫ ਅਜਮਾਉਣ ਜਾਂਦੇ ਨੇ, ਪਿਆਰ ਨਾਲ ਨਹੀਂ ਜਾਂਦੇ। ਸੋ ਇਸੇ ਕਰਕੇ ਮੈਂ ਅੱਜ ਦੀ ਇਹ ਵੀਡੀਓ ਬਣਾਈ ਤੁਹਾਡੇ ਸਾਰਿਆਂ ਦੇ ਵਾਸਤੇ ਕਿ ਤੁਸੀਂ ਜਿੰਨੇ ਵੀ ਇਹ ਵੀਡੀਓ ਮੇਰੀ ਦੇਖ ਰਹੇ ਹੋ, ਜਿੰਨੇ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ, ਕਿ ਤੁਸੀਂ ਕਿਹੜੇ ਹੋ, ਤੁਸੀਂ ਨਕੋਦਰ ਦਰਬਾਰ ਕਿਵੇਂ ਜਾਂਦੇ ਹੋ, ਯਕੀਨ ਦੇ ਨਾਲ ਜਾਂਦੇ ਹੋ ਜਾਂ ਅਜਮਾਉਣ ਵਾਸਤੇ ਜਾਂਦੇ ਹੋ। ਜੇ ਯਕੀਨ ਨਾਲ ਜਾਂਦੇ ਹੋ ਤਾਂ ਬਹੁਤ ਚੰਗੀ ਗੱਲ ਆ, ਤਾਂ ਅੱਜ ਨਹੀਂ ਤਾਂ ਕੱਲ੍ਹ ਤੁਹਾਡਾ ਜੋ ਵੀ ਤੁਹਾਡੇ ਅੰਦਰ ਆ ਉਹ ਸਾਈਂ ਜੀ ਸਭ ਜਾਣਦੇ ਨੇ, ਉਹ ਪੂਰਾ ਜ਼ਰੂਰ ਕਰਨਗੇ। ਅਤੇ ਜੇ ਪਰਖਣ ਜਾਂਦੇ ਹੋ, ਅਜਮਾਉਣ ਜਾਂਦੇ ਹੋ ਕਿਸੇ ਨੂੰ ਦੇਖ ਕੇ ਬਿਨਾਂ ਸ਼ਰਧਾ ਤੋਂ ਬਿਨਾਂ ਪਿਆਰ ਤੋਂ, ਫਿਰ ਤੁਸੀਂ ਉਲਝੇ ਰਹਿਣਾ ਆ, ਫਿਰ ਤੁਸੀਂ ਨਾ ਇੱਥੋਂ ਕੁਛ ਨਾ ਕਿਤੋਂ ਹੋਰ, ਤੁਸੀਂ ਖਾਲੀ ਹੋ। ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਕਰ ਦਿਓ, ਅਤੇ ਅੱਗੇ ਉਹਨਾਂ ਨੂੰ ਜ਼ਰੂਰ ਭੇਜਿਓ ਜਿਹੜੇ ਤੁਹਾਨੂੰ ਲੱਗਦਾ ਆ ਕਿ ਯਾਰ ਇਹ ਨਕੋਦਰ ਦਰਬਾਰ ਬਹੁਤ ਜਾਂਦਾ, ਤਾਂ ਕਿ ਉਹਦੇ ਕੋਲ ਵੀ ਇਹ ਸਵਾਲ ਪਹੁੰਚੇ ਕਿ ਉਹ ਕਿਉਂ ਜਾਂਦਾ ਆ। ਜੈ ਸਾਈਂ ਜੀ ਦੀ।